डिप्टी साहब भी सानू श्री हरगोबिंदपुर वाले धमकियां देन डे आ जे तुसीं 302 दा परचा लैना वा ते असीं तुहाडे ते भी इहो ही परचा करना वा। देखो जी, इक साडा घर चो ਸਾਡੇ ਘਰ 'ਚ ਇੱਕ ਮੇਰੇ ਪਿਤਾ ਦੀ ਡੈਥ ਹੋ ਗਈ ਆ, ਦੂਸਰਾ ਸਾਡੇ ਤਾਂ ਫਿਰ 302 ਦਾ ਪਰਚਾ ਹੋਣ ਡਿਆ ਆ, ਅਤੇ ਜਿਹੜੇ ਬੰਦਿਆਂ ਨੇ ਕੀਤੀ ਆ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਣ ਡਈ। ਸਿਰਫ 500 ਰੁਪਏ ਤੋਂ ਹੋਏ ਝਗੜੇ ਨੇ ਇੱਕ ਵਿਅਕਤੀ ਦੀ ਲਈ ਜਾਨ। ਪੁਲਿਸ 'ਤੇ ਕਾਰਵਾਈ ਨਾ ਕਰਨ 'ਤੇ ਲਗਾਏ ਗਏ ਦੋਸ਼। ਮ੍ਰਿਤਕ ਦੀ ਲਾਸ਼ ਚੌਂਕ 'ਚ ਰੱਖ ਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਕੀਤਾ ਗਿਆ ਪ੍ਰਦਰਸ਼ਨ। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਮਹਿਜ਼ 500 ਰੁਪਏ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਬੀਤੇ 2 ਦਿਨ ਪਹਿਲਾਂ ਬਟਾਲਾ ਦੇ ਪਿੰਡ ਹਰਪੁਰਾ ਦੇ 2 ਪਰਿਵਾਰਾਂ ਵਿੱਚ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋ ਰਿਹਾ ਸੀ ਅਤੇ 65 ਸਾਲਾ ਬਲਵਿੰਦਰ ਸਿੰਘ ਉਹਨਾਂ ਨੂੰ ਛਡਾਉਣ ਗਿਆ ਸੀ, ਜਿਸ ਵਿੱਚ ਮ੍ਰਿਤਕ ਬਲਵਿੰਦਰ ਸਿੰਘ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਅੱਜ 24 ਫਰਵਰੀ ਨੂੰ ਉਸਦੀ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਦੋਸ਼ ਲਗਾਏ ਕਿ ਪੁਲਿਸ ਵੱਲੋਂ ਰਾਜਨੀਤਿਕ ਦਬਾਅ ਦੇ ਚੱਲਦਿਆਂ ਧਾਰਾ 176 ਦੀ ਕਾਰਵਾਈ ਕਰਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਰਕੇ ਉਹਨਾਂ ਵੱਲੋਂ ਮ੍ਰਿਤਕ ਬਲਵਿੰਦਰ ਸਿੰਘ ਦੀ ਲਾਸ਼ ਬਟਾਲਾ ਦੇ ਕਾਦੀਆ ਚੁੰਗੀ ਚੌਂਕ ਵਿੱਚ ਰੱਖ ਕੇ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਦੋਸ਼ੀਆਂ ਦੀ ਪਹਿਚਾਣ ਅਤੇ ਨਾਂ ਵੀ ਪੁਲਿਸ ਨੂੰ ਦੱਸੇ ਗਏ ਹਨ, ਪਰ ਪੁਲਿਸ ਦੋਸ਼ੀਆਂ ਖਿਲਾਫ਼ ਜਾਣਬੁੱਝ ਕੇ ਕਾਰਵਾਈ ਨਹੀਂ ਕਰ ਰਹੀ, ਕਿਉਂਕਿ ਕਾਤਲਾ ਵਿੱਚ ਇੱਕ ਕਾਂਗਰਸੀ ਸਾਬਕਾ ਸਰਪੰਚ ਦਾ ਪੁੱਤਰ ਵੀ ਸ਼ਾਮਲ ਹੈ। ਅਸੀਂ ਪਿੰਡ ਸਾਡਾ ਹਰਪੁਰਾ ਵਾ, ਮੇਰੇ ਪਿਤਾ ਦਾ ਨਾਮ ਸਰਦਾਰ ਬਲਵਿੰਦਰ ਸਿੰਘ ਆ ਅਤੇ ਭਾਅ ਜੀ ਸਿਰਫ ਥੋੜ੍ਹਾ ਜਿਹਾ ਇੱਕ 500 ਰੁਪਈਏ ਦਾ ਝਗੜਾ ਹੋਇਆ ਸੀ ਆਪਸ ਵਿੱਚ ਮੁੰਡੇ ਦਾ ਸਾਡੇ ਪਰਿਵਾਰ ਦੇ ਵਿੱਚ, ਅਤੇ ਉਹਨਾਂ ਨੇ ਝਗੜੇ ਦੇ ਵਿੱਚ ਸਿਰਫ ਇਹੋ ਦੂਜੀ ਪਾਰਟੀ ਨੇ 2-3 ਦਿਨ ਕਦੀ 20 ਤਰੀਕ ਨੂੰ ਪੈ ਗਏ, ਕਦੀ 22 ਨੂੰ ਪੈ ਗਏ, ਕਦੀ 23 ਨੂੰ 22 ਤਰੀਕ ਨੂੰ, ਅਤੇ ਉਹਨਾਂ ਨੇ ਮੁੰਡੇ ਬੁਲਾਏ ਕੁਛ 25-30 ਬਾਹਰੋਂ ਮੰਗਾਏ, ਕੋਈ ਸਾਡੇ ਪਿੰਡ ਦੇ ਗੁੰਡੇ ਸੀ ਕੋਈ ਬਾਹਰੋਂ ਮੰਗਾਏ, ਅਤੇ ਜਿਹੜੇ ਸਾਡੇ ਪਿੰਡ ਦੇ ਮੋਹਤਬਿਰ ਬੰਦੇ ਆ ਉਹ ਵਿੱਚ ਸ਼ਾਮਲ ਸੀ, ਸਾਥ ਦੇਣ ਡਿਆ ਸੀ ਉਹਨਾਂ ਦਾ, ਕੁਝ ਉਹਨਾਂ ਦੇ ਬੇਟੇ ਵੀ ਨਾਲ ਸੀ, ਅਤੇ ਉਹਨਾਂ ਨੇ ਭਾਅ ਜੀ ਮੇਰੇ ਪਾਪਾ ਜੀ ਸਮਝਾਉਣ ਵਾਸਤੇ ਗਏ ਆ ਵੀ ਕੋਈ ਗੱਲ ਨਹੀਂ ਬਹਿ ਕੇ ਗੱਲ ਕਰ ਲੈਂਦੇ ਹਾਂ, ਅਤੇ ਬਹਿ ਕੇ ਗੱਲ ਮੁਕਾ ਲੈਂਦੇ ਜੋ ਵੀ ਗੱਲ ਹੈਗੀ। 65 ਸਾਲ ਦੀ ਮੇਰੇ ਪਾਪਾ ਜੀ ਏਜ ਸੀ, ਅਤੇ ਉਹਨਾਂ 30-35 ਮੁੰਡੇ ਬਾਹਰੋਂ ਮੰਗਾਏ ਕੁਝ ਸਾਡੇ ਪਿੰਡ ਦੀ ਹਲਾਸੇਰੀ ਦੇ ਨਾਲ, ਉਹਨਾਂ ਨੇ ਮੇਰੇ ਬਾਪੂ ਜੀ ਦੀਆਂ ਦੋਵਾਂ ਜਾਣਿਆਂ ਨੇ ਬਾਹਾਂ ਫੜੀਆਂ ਵਾਂ, ਘਲਾਵੇ ਭਰੇ ਦੋਵਾਂ ਜਾਣਿਆਂ ਨੇ, ਇੱਕ ਨੇ ਨਲਾਂ 'ਚ ਬੈਸਬੋਲ ਵੀ ਮਾਰੇ ਉਹਨਾਂ ਦੇ, ਕੁਝ ਠੁੱਡ ਮਾਰੇ ਬੈਸਬੋਲ ਵਗੈਰਾ ਮਾਰੇ ਆ, ਅਤੇ ਰੋੜਾ ਰੱਪੜ ਵੀ ਸਾਡੇ ਘਰ ਦੇ ਵਿੱਚ ਕੀਤਾ, ਗੋਲੀ ਗਲੋਚ ਵੀ ਕੀਤਾ ਵਾ ਕਾਫੀ ਮੌਕੇ 'ਤੇ। ਪਾਪਾ ਸਾਡੇ ਨੂੰ ਫਿਰ ਜ਼ਿਆਦਾ ਤੁਹਾਡੇ ਵੱਲੋਂ ਆਰੋਪ ਲਾਏ ਗਏ ਕਿ ਸਾਬਕਾ ਸਮੇਂ ਕਿਹੜੀ ਪਾਰਟੀ ਦਾ ਸਾਬਕਾ, LCD ਵੀ ਤੋੜੀ ਗਈ, ਇੱਕ ਘਰ ਦੇ ਵਿੱਚੋਂ ਕੱਪੜੇ ਧੋਣ ਵਾਲੀ ਮਸ਼ੀਨ ਵੀ ਤੋੜੀ ਗਈ ਆ, ਅਸੀਂ ਪੁਲਿਸ ਦੇ ਕੋਲ ਗਏ, ਸਾਡਾ ਕੋਈ ਕਹਿੰਦੇ ਇਨਸਾਫ ਨਹੀਂ ਕੀਤਾ, ਕਹਿੰਦੇ ਕੋਈ ਸਾਡੀ ਰਿਪੋਰਟ ਨਹੀਂ ਲਿਖੀ ਹੈਗੀ, ਅਤੇ ਹੁਣ ਜੇ ਇੱਥੇ ਸਵੇਰ ਦੇ ਆਏ ਹਾਂ ਤਾਂ ਇੱਥੇ ਕਦੀ ਡੈੱਡ ਬੋਡੀ ਨੂੰ ਤਾਲਾ ਮਾਰ ਲੈਂਦੇ ਅੰਦਰ ਰੂਮ ਨੂੰ, ਡੈੱਡ ਬੋਡੀ ਸਾਡੀ ਅੰਦਰ ਪਈ ਆ, ਹੁਣ ਸਾਡੇ ਵੀਰ ਭਰਾ ਡਿਪਟੀਆਂ ਵੀ ਹਨ, ਡਿਪਟੀ ਸਾਹਿਬ ਵੀ ਸਾਨੂੰ ਸ੍ਰੀ ਹਰਗੋਬਿੰਦਪੁਰ ਵਾਲੇ ਧਮਕੀਆਂ ਦੇਣ ਡੇ ਆ, ਜੇ ਤੁਸੀਂ ਇਹ 315 ਦਾ 302 ਦਾ ਪਰਚਾ ਲੈਣਾ ਵਾ ਅਤੇ ਅਸੀਂ ਤੁਹਾਡੇ 'ਤੇ ਵੀ ਇਹੋ ਹੀ ਪਰਚਾ ਕਰਨਾ ਵਾ। ਦੇਖੋ ਜੀ, ਇੱਕ ਸਾਡੇ ਘਰ 'ਚੋਂ ਇੱਕ ਮੇਰੇ ਪਿਤਾ ਦੀ ਡੈੱਥ ਹੋ ਗਈ ਆ, ਦੂਸਰਾ ਸਾਡੇ ਤਾਂ ਫਿਰ 302 ਦਾ ਪਰਚਾ ਹੋਣ ਡੇ ਆ, ਅਤੇ ਜਿਹੜੇ ਬੰਦਿਆਂ ਨੇ ਕੀਤੀ ਆ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਣ ਡੇ, ਕਾਂਗਰਸੀ ਆ ਅਤੇ ਉਹਨਾਂ ਦੀ ਸਹਿ ਦੇ ਨਾਲ ਹੀ ਇਹ ਕੰਮ ਹੋਣ ਡਿਆ ਵਾ, ਸਭ ਕੋਈ ਉਹਨਾਂ ਦਾ ਬੇਟਾ ਵੀ ਨਾਲ ਵਾ ਉਸ ਟਾਈਮ ਉਹਨਾਂ ਦਾ, ਅਤੇ ਸਿਰਫ ਉਹਨਾਂ ਦਾ ਨਾ ਕੋਈ ਇਹਨਾਂ ਨੇ ਬੰਦਾ ਲਿਆਂਦਾ ਚੁੱਕ ਕੇ, ਨਾ ਕੋਈ ਕਾਰਵਾਈ ਕੀਤੀ, ਨਾ ਕੋਈ ਗੱਲ, ਨਾ ਕੋਈ ਬਾਤ, ਸਰੇਆਮ ਬੰਦੇ ਉਹ ਤੁਰੇ ਫਿਰਨ ਡੇ ਆ, ਅਤੇ ਅਸੀਂ ਸਿਰਫ ਇਹੀ ਚਾਹੁੰਦੇ ਹਾਂ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ। ਸਰਦਾਰ ਬਲਵਿੰਦਰ ਸਿੰਘ ਜੋ ਪਿੰਡ ਹਰਪੁਰਾ ਦੇ ਨੇ, ਉਹਨਾਂ ਦੀ ਕੱਲ੍ਹ ਰਾਤ ਦੀ ਡੈੱਥ ਹੋਈ ਹੈ। 22 ਤਰੀਕ ਵਾਲੇ ਦਿਨ ਸ਼ਿੰਗਾਰਾ ਸਿੰਘ ਅਤੇ ਇਹਨਾਂ ਦੇ ਹੋਰ ਕਾਂਗਰਸੀ ਪਰਿਵਾਰ, ਉਹਨਾਂ ਨੇ ਕੁੱਟ ਕੁੱਟ ਕੇ ਬੇਸਬਾਲ ਮਾਰ ਮਾਰ ਕੇ ਉਹਦੇ ਨੜਾਂ 'ਚ, ਪੇਟ 'ਚ, ਉਹਦੀ ਛਾਤੀ 'ਚ ਬੜਾ ਬੁਰਾ ਹਾਲ ਕੀਤਾ। ਜਦੋਂ ਪੁਲਿਸ ਕੋਲ ਗਏ, ਨਾ ਪੁਲਿਸ ਨੇ ਕੋਈ ਉਹਨਾਂ ਦੀ ਸ਼ਿਕਾਇਤ ਸੁਣੀ, ਨਾ ਕੋਈ ਉਹਨਾਂ ਨੂੰ ਫਸਟ ਏਡ ਵਗੈਰਾ ਦੇਣ ਦਿੱਤੀ, ਇਹਨਾਂ ਨੂੰ ਘਰ ਵਿੱਚ ਹੀ ਬੰਦ ਰੱਖਿਆ, ਕਿਉਂਕਿ ਉਹ ਜ਼ਿਆਦਾ ਪਿੰਡ ਦੇ ਵਿੱਚ ਉਹਨਾਂ ਦਾ ਦਬਦਬਾ ਹੋਣ ਕਰਕੇ, ਅਤੇ ਕਾਂਗਰਸੀ ਸੀਗੇ ਅਤੇ ਕਾਂਗਰਸੀ MLA ਅਤੇ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਲ ਸੀ। ਅਤੇ ਜਦੋਂ ਇਹਦੀ ਡੈੱਥ ਹੋ ਗਈ, ਡੈੱਥ ਹੋਣ ਤੋਂ ਬਾਅਦ 174 ਦੀ ਕਾਰਵਾਈ ਕਰਕੇ, ਅਤੇ ਇਹਨਾਂ ਨੇ ਜਦੋਂ ਅਸੀਂ ਡੈੱਡ ਬੋਡੀ ਲੈਣ ਵਾਸਤੇ ਪਹੁੰਚੇ, ਮੈਂ ਅਤੇ ਸਰਦਾਰ ਮੰਗਲ ਸਿੰਘ, ਜਰਨੈਲ ਸਿੰਘ ਅਤੇ ਅੰਮੂ ਚੀਮਾ ਜੀ, ਅਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਉੱਥੇ ਜਿੰਦਰਾ ਮਾਰ ਕੇ ਅਤੇ ਡੈੱਡ ਬੋਡੀ ਦੇਣ ਤੋਂ ਇਨਕਾਰ ਕੀਤਾ। ਜਦੋਂ ਅਸੀਂ ਬੰਦੇ ਇਕੱਠੇ ਕਰਕੇ ਰੌਲਾ ਪਾਇਆ ਅਤੇ ਫਿਰ ਪੁਲਿਸ ਦੇ ਕੋਲੋਂ ਹੀ ਚਾਬੀ ਨਿਕਲੀ, ਤੁਸੀਂ ਵੇਖਿਆ ਹੋਏਗਾ ਕਿ ਪੁਲਿਸ ਵਾਲਿਆਂ ਨੇ ਜਿੰਦਰਾ ਖੋਲ੍ਹਿਆ, ਜਦਕਿ ਪੁਲਿਸ ਵਾਲਿਆਂ ਦਾ ਉੱਥੇ ਕੋਈ ਮਤਲਬ ਨਹੀਂ ਹੈਗਾ ਜਿੰਦਰਾ ਮਾਰਨ ਦਾ। ਮੈਂ ਸਮਝਦਾ ਕਿ ਐਡੀ ਵੱਡੀ ਧੱਕੇਸ਼ਾਹੀ
सरदार बलविंदर सिंह की डैथ हुई हो 174 की कार्रवाई करके एक गोंगलुआ तो मिट्टी चाड़न वाली इन्होंने गल की है। बड़ी शर्मनाक गल आ। पुलिस प्रशासन भी ये वा क्योंकि इंसाफ देना चाहिए। इस करके अज असी इतने कानवन चौंकिया चौंक च चुंगी धरना दिता ता कि जो परचे की दुरुस्ती की जाए। असी होर अपने वर्कर सद रहे हैं जिन्ना चर इन्हें जोड़े मुलजम ने उन्हों की गिरफ्तारी नहीं होएगी उन्होंने सही परचा नहीं होएगा उन्ना चर इतने धरना इस तरह लगा रहेगा। उधर इस संबंधी जब पुलिस नाल गलबात की गई तो उन्होंने कहा कि मृतक के बेटे के बयान के आधार से आईपीसी की धारा 302 452 तो इलावा लोड़ीदियां धारावं तहत मामला दर्ज कर लिया गया है। तफ्तीश कर दोषियों जल्द गिरफ्तार कर लिया जाएगा। अज ना वक्त करीब रात 1 बजे बलविंदर सिंह सन ऑफ जरनैल सिंह वासी हरपुरा की जी मौत होगी उन्होंने बेटे के बयान के उत्ते गुरजीत सिंह एलियस गीता उन्होंने बेटा आ वो बयान से जी धारा 302 452 148 149 120 427 IPC तहत कार्रवाई कर दी आ। पोस्टमार्टम करा के डॉक्टरी रिपोर्ट आने पर जी अगली कार्रवाई वो की जा रही है। सर जे जिन्हें मुलजम ने जिन्हें खिलाफ FIR हुई उन्होंने ज अगली कार्रवाई जी उन्होंने करके जल्दी तो जल्दी गिरफ्तार कर लिया जाऊ। बटाला तो जसविंदर बेदी, जीवे पंजाब TV।